ਇਹ ਮੇਰੀ ਪਿੰਡ ਦਾ ਮੈਂ ਆ ਵੀ ਮੈਂ ਟੀਵੀ ਤੇ ਚੱਲੀ ਆ ਨਾ ਜੇ ਆਪਾਂ ਜਸਾਰੇ ਉਹਨੇ ਮਲਾਈਵਾਂ ਨੂੰ ਭਾ ਗਏ ਗੱਲ ਕਰਨੀ ਆ ਤਾਂ ਮੋਬਾਈਲ ਪਾਓ ਜੇ ਪਾ ਮੈਨੂੰ ਆ ਡੱਬੀ ਹੈਗੀ ਕਿ ਦੇਖੋ ਉਹ ਬੰਦਾ ਥੋੜੀ ਖਾਤਰ ਖੜਾ ਉਹ ਡੱਬੀ ਤਾਂ ਮੰਗਾ ਲਓ ਉਹ ਡੱਬੀ ਦਾ ਅਪਰਾਧ ਹੈ ਨਹੀਂ ਮੇਰੇ ਕੋਲ ਯਾਰ ਫੜ ਦੂੰ ਕੋਈ ਨਾ ਕੋਈ ਆ ਲਓ ਬਾਈ ਲਾਓ ਅੱਗ ਤੇ ਲਿਖਤੀ ਰੂਪ ਚ ਦੇਖੇ ਜਾ ਅੱਗ ਲਾਓ ਜੀ ਵੀ ਅਸੀਂ ਕੋਈ ਇਹ ਪਹਿਲਾਂ ਮੈਸੇਜ ਕਰਦੇ ਆ ਕੋਈ ਮੈਸੇਜ ਨਹੀਂ ਮੈਂ ਫੜ ਲਵਾਂ ਯਾਰ ਸਾਨੂੰ ਕਰ ਲਾ ਇੱਕ ਮਿੰਟ ਵੀਡੀਓ ਬਣਾ ਲਓ ਸਾਨੂੰ ਮਜਬੂਰ ਕੀਤਾ ਜਾ ਰਿਹਾ ਆਪਾਂ ਮਤਲਬ ਡੀਸੀ ਸਾਹਿਬ ਨੂੰ ਅਸੀਂ ਫੋਨ ਕਰ ਲਏ ਡੀਸੀ ਸਾਹਿਬ ਨਹੀਂ ਆ ਰਹੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਫਿਰ ਤੁਸੀਂ ਆਪ ਦੀ ਅੱਗ ਲਾਓ ਆਪ ਦਾ ਕੰਮ ਕਰਕੇ ਤੋਂ ਲੱਗ ਡੀਸੀ ਤੋਂ ਖੜੇ ਛੱਡ ਦੇਣਗੇ ਦੇਖੀ ਬੜਾ ਹੋਈ ਛੱਡ ਦੇ ਕੀ ਬਣਾਉਣਾ ਡੱਬੀ ਫੜਾ ਦੇ ਡੱਬੀ ਫੜਾ ਯਾਰ ਉਹ ਡੱਬੀ ਫੜਾ ਕੇ 500 ਯਾਰ ਮੈਂ ਫੜਾ ਯਾਰ ਫੜਾ ਫੰਡਾ ਪੋ ਸਕਦੇ ਪੱਲੀਆਂ ਲਿਆ ਕੇ ਚੱਕੋ ਤੇ ਤੂੰ ਅੱਗ ਲਾ ਦੇਗਾ 2 ਮਿੰਟ ਦਾ ਕੰਮ ਤੂੰ ਅੱਗੇ ਚੱਲ ਗੱਡੀ ਦਾ ਤੋਰ ਗਿਆ ਕਿਉਂ ਨੀ ਲਾ ਸਕਦਾ ਤੁਸੀਂ ਭਜਾ ਕਿਉਂ ਸਕਦੇ ਹੋ ਤੁਸੀਂ ਭਜਾ ਕਿਉਂ ਸਕਦੇ ਹੋ ਤੇ ਫੇਵਰੇਟ ਤਾਂ ਨਹੀਂ ਤੂੰ ਲੁੰਗ ਲਾਉਣ ਲੈ ਕੇ ਤਾਂ ਜੇ ਨਾ ਅਸੀਂ ਉਹਦੇ ਤੂੰ ਕੱਪੜੇ ਦਬਾ ਲਵੇ ਇੱਥੇ ਜੇ ਅਸੀਂ ਨਾ ਆਉਂਦੇ ਤੂੰ ਦਬਾ ਲਿਆ ਸੀ ਇਹ ਆ ਕੇ ਤੂੰ ਅੱਗ ਲਵਾਵਾਂਗੇ ਨੀ ਜਾਣ ਦੇ ਯਾਰ ਅੱਗ ਲਵਾਵਾਂਗੇ ਨੀ ਜਾਣ ਨੀ ਦੇ ਤੈਨੂੰ ਲਾਲੇ ਲਾਲੇ ਨੂੰ ਫੜਾ ਕੇ ਧੱਕਾ ਕਰਿਆ ਮੇਰੇ ਨਾਲ ਧੱਕੇ ਨਾਲ ਲਵਾਇਆ ਧੱਕੇ ਨਾਲ ਆਹ ਦੇਖੋ ਭਾਈ ਅੱਗ ਬੁਝਾਉਣ ਵਾਲੇ ਆਏ ਸੀ ਅੱਗ ਇਹਨਾਂ ਤੋਂ ਲਵਾਈ ਹੈ ਅੱਗ ਬੁਝਾਉਣ ਵਾਲੇ ਆਏ ਸੀਗੇ ਅੱਗ ਲਵਾਈ ਇਹਨਾਂ ਤੋਂ ਖੜ ਜਾ ਮਿੰਦਰਾ ਆਹ ਦੇਖੋ ਇਹ ਅੱਗ ਬੁਝਾਉਣ ਆਏ ਸੀ ਬਾਈ ਖੁਦ ਅੱਗ ਲਾਈ ਇਹਨਾਂ ਨੇ
ਕਿਸਾਨਾਂ ਅੱਗੇ ਇੱਕ ਪ੍ਰਸ਼ਾਸਨ ਕੋ ਗਿਆ ਜਮਾ ਬਾਗ ਕੋ ਪਿੱਛੇ ਹੋ ਜਾਣ ਬਚਣਾ ਮਤ ਜੋ ਭੈਣ ਦੀ ਨਾਲ ਲੱਗਿਆ ਜੋ ਧੰਨਵਾਦ।